दोस्तों अज असी 2 अक्तूबर घटनावां जिन्होंने सिख तारीख ने रिकॉर्ड किया है चर्चा करांगे। सब तो पहली घटना साढ़े को 2 अक्तूबर 1813 की है। इस दिन महाराज रणजीत सिंह ने दुशहरे का त्यौहार मनाना शुरू किया। असी जानते हैं कि 1799 लाहौर के बेइंसाफ भंगी हाकमां कोलों लोगों की जान खलासी करवाई जो रणजीत सिंह ने, तो वह सरबत खालसा के असूल तोड़न के बावजूद कुछ हद तक सही चल रहा है। ये सरबत खालसा जो डिस्कस करती बजाय भंगी ये कर रहे हैं, उन्हें हमला करके कब्जा कर लिया, ये असूलन गलत सी, पर चलो इसके बावजूद वो ठीक चल रहा है। पर जो उसनों भी भंगी हाकमां वांगू लाहौर के उत्ते हुकूमत का चस चस पै गया, तो वह भी एक आम राजे वांग करन लग पिया। 1801 महाराजा बनन के लालच की सब तो वड्डी पहली कार्रवाई जी असी कार्रवाई उसने की। इस तो बाद खुद प्रस्ती, हाकमपन, आप उदरापन, हैंकड़ ते अयाशी अपने आप ही आन लग पईआं सन। छेती ही सारिया गल्लां रणजीत सिंह दे विच आ गई। तो उसने कुछ ही सालों में एक आम अयाशे अयाश राजे वांग जिहड़ा वह विचरना शुरू कर दिता। जब रणजीत सिंह को बहुत ज़्यादा ताकत आ गई तो उसने हुकूमत विच गैर सिखां जिहड़ी है वह वधेरे ताकत शुरू कर देनी शुरू कर दी। खुशामद पसंद तबीयत वाले राजे नूं खूबसूरत कुड़ियां, शराब ते होर नशे मुहैया करवा के चापलूस ब्राह्मण ते डोगरे जिहड़े सन वह रणजीत सिंह दे दरबार दे विच हुण फैलने शुरू हो गए। सब तो पहला जिहड़ा अहम अहुदा है 1811 खुशहाल चंद मिश्र ब्राह्मण, यूपी का ब्राह्मण जिहड़ा सी उसनूं ड्योढ़ी बरदार बनाता सी। ड्योढ़ी बरदार हुंदा है जिहदी मर्जी बिना महाराज रणजीत सिंह कोई मिल नहीं सी सकदा। सो इह सब तो वड्डी ताकत दे बराबर सी। इंज एक ब्राह्मण मिश्रा बेली राम जिहड़ा उहदा खजानची बन चुका सी। रणजीत सिंह दा धर्म अर्थ जिहड़ी दान देण दे फैसले करदा है, वह वजीर भी एक ब्राह्मण बन गया सीगा ते उह खजाने दा बहुता हिस्सा जिहड़ा सी हिंदू मंदरां नूं देण लग पिया सी। इह वजीर जान बुझ के दिखावे वजों कुछ रकम दरबार साहब नूं भेटा कर दिया करदे सन, पर उस तो कई गुणा वधेरा जिहड़ा पैसा जिहड़ा उहनां ने थानेसर यानी कुरुक्षेत्र हरिद्वार दा काशी मंदर जिहड़ा हरिद्वार ते काशी दा मंदर जिहड़ा ਉਹਨਾਂ ਦੇ ਬ੍ਰਾਹਮਣਾਂ ਨੂੰ ਦਿੱਤਾ। ਇੰਜੀ ਕਾਂਗੜਾ, ਜਵਾਲਾਮੁਖੀ, ਜੰਮੂ ਅਤੇ ਕਾਸ਼ੀ ਦੇ ਹੋਰ ਮੰਦਰਾਂ ਵਾਸਤੇ ਸੋਨਾ ਜਿਹੜਾ ਉਹ ਬਹੁਤ ਜ਼ਿਆਦਾ ਭੇਟ ਕੀਤਾ ਗਿਆ। ਟਿੱਲਾ ਗੋਰਖਨਾਥ ਧਿਆਨਪੁਰ ਵੀ ਜਿਹੜਾ ਪੰਡੋਰੀ ਅਤੇ ਤਨਤਾਲ ਦੇ ਜੋਗੀਆਂ ਦੇ ਡੇਡੇ ਦਰਜਨਾ ਸ਼ਿਵਾਲੇ ਯਾਨੀ ਮੰਦਰ, ਇਹ ਵੀ ਰਣਜੀਤ ਸਿੰਘ ਕੋਲੋਂ ਵੱਡੀਆਂ ਰਕਮਾਂ ਬ੍ਰਾਹਮਣਾਂ ਦੇ ਰਾਹੀਂ ਹਾਸਲ ਕਰਦੇ ਰਹੇ। ਕੁਝ ਉਦਾਸੀ ਜਿਹੜੇ ਅਤੇ ਨਿਰਮਲੇ ਜਿਹੜੇ ਸਨ ਇਹ ਵੀ ਬ੍ਰਾਹਮਣ ਸਨ ਅਤੇ ਸਿੱਖੀ ਤੋਂ ਦੂਰ ਸਨ, ਇਹਨਾਂ ਦੇ ਡੇਰੇ ਵੀ ਜਿਹੜੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਮਿਲਦਾ ਰਿਹਾ। ਤੋ ਰਣਜੀਤ ਸਿੰਘ ਦੀ ਹਾਲਤ ਇਹ ਸੀ ਕਿ ਰਣਜੀਤ ਸਿੰਘ ਨੇ ਦੇ ਇਸ ਬ੍ਰਾਹਮਣ ਵਜ਼ੀਰਾਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਬਹੁਤ ਸਾਰੀ ਜ਼ਮੀਨ ਵੀ ਜਿਹੜੀ ਹੈ ਉਹ ਵੀ ਉਦਾਸੀਆਂ ਨੂੰ ਦਵਾ ਦਿੱਤੀ ਸੀ। ਉਹਨਾਂ ਉੱਥੇ ਅਖਾੜੇ ਅਤੇ ਡੇਰੇ ਬਣਾ ਲਏ ਸਨ ਜਿੱਥੇ ਸਿੱਖ ਫਲਸਫੇ ਦੇ ਉਲਟ ਮਰਿਆਦਾ ਚੱਲਦੀ ਸੀ ਅਤੇ ਇਹਨਾਂ ਡੇਰਿਆਂ ਵਿੱਚ ਸਿੱਖ ਫਿਲੋਸਫੀ, ਤਵਾਰੀਖ ਅਤੇ ਗੁਰਬਾਣੀ ਨੂੰ ਵਿਗਾੜਨ ਵਾਸਤੇ ਕਈ ਕਿਤਾਬਾਂ ਲਿਖੀਆਂ ਅਤੇ ਪ੍ਰਚਾਰੀਆਂ ਵੀ ਗਈਆਂ। ਤੁਸੀਂ ਅੱਜ ਵੀ ਦੇਖੋ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਿੰਗਲਵਾ ਦਾ ਅਖਾੜਾ ਅਤੇ ਉਹ ਡੇਰੇ ਜਿਹੜੇ ਨੇ ਜਿਹੜਾ ਉਦਾਸੀਆਂ ਦਾ ਡੇਰਾ ਉਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਰਣਜੀਤ ਸਿੰਘ ਦੇ ਬ੍ਰਾਹਮਣ ਵਜ਼ੀਰ ਜਿਹੜਾ ਕਿ ਅੰਮ੍ਰਿਤਸਰ ਦਾ ਸ਼ਹਿਰ ਦਾ ਵਿਚਾਰ ਸੀਗਾ ਉਸਨੇ ਸਾਰੇ ਵੰਡੇ ਹੋਏ ਸਨ। ਜਦਕਿ ਗਲਤ ਗੱਲ ਇਹ ਸੀ ਕਿ ਇਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਗੁਰੂ ਦਾ ਚੱਕ ਅੰਮ੍ਰਿਤਸਰ ਦੀ ਸਾਰੀ ਜ਼ਮੀਨ ਹੈ। 1564 ਵਿੱਚ ਗੁਰੂ ਰਾਮਦਾਸ ਸਾਹਿਬ ਨੇ ਤੁੰਗ ਪਿੰਡ ਦੇ ਲੋਕਾਂ ਨੂੰ ਮੁੱਲ ਤਾਰ ਕੇ ਲਈ ਸੀ ਅਤੇ ਸਿੱਖਾਂ ਦਾ ਆਪਣਾ ਜਿਹੜਾ ਵਤਨ ਦੇਸ਼ ਸੀਗਾ, ਆਪਣੀ ਜਗ੍ਹਾ ਸੀਗਾ, ਅਤੇ ਇਸ ਨੂੰ ਅੱਗੇ ਵੇਚਿਆ ਜਾਂ ਦਾਨ ਨਹੀਂ ਸੀ ਕੀਤਾ ਜਾ ਸਕਦਾ। ਪਰ ਰਣਜੀਤ ਸਿੰਘ ਦੇ ਆਲੇ ਦੁਆਲੇ ਬ੍ਰਾਹਮਣਾਂ ਦਾ ਇੰਨਾ ਅਸਰ ਸੀਗਾ ਕਿ ਉਹ ਇਸ ਗੱਲ ਨੂੰ ਸੁਣਨ ਵਾਸਤੇ ਤਿਆਰ ਹੀ ਨਹੀਂ ਸੀ ਹੋ ਸਕਦਾ, ਸੋਚਣ ਵਾਸਤੇ ਤਿਆਰ ਨਹੀਂ ਸੀ ਹੋ ਸਕਦਾ। ਤੋ ਛੇਤੀ ਖੁਸ਼ਹਾਲ ਚੰਦ ਬ੍ਰਾਹਮਣ ਦੀਆਂ ਕੋਸ਼ਿਸ਼ਾਂ ਸਦਕਾ ਰਣਜੀਤ ਸਿੰਘ ਨੇ ਦੁਸਹਿਰਾ, ਦਿਵਾਲੀ, ਹੋਲੀ ਅਤੇ ਕਈ ਹੋਰ ਹਿੰਦੂ ਤਿਉਹਾਰ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਸੀ। ਅਤੇ ਸਭ ਤੋਂ ਪਹਿਲਾਂ ਦੁਸਹਿਰਾ ਜਿਹੜਾ ਉਹ 2 ਅਕਤੂਬਰ 1813 ਦੇ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ ਸੀਗਾ। 2 ਅਕਤੂਬਰ ਦੀ ਸਾਡੇ ਕੋਲ ਅਗਲੀ ਘਟਨਾ ਜਿਹੜੀ ਹੈ ਉਹ 1926 ਦੀ ਹੈ। ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਦੇ ਦਿਨ ਬਣੀ ਸੀ ਅਤੇ ਇਸੇ ਤਰ੍ਹਾਂ 1925 'ਚ ਗੁਰਦੁਆਰਾ ਐਕਟ ਬਣ ਗਿਆ 5 ਸਾਲ ਦੀ ਜਦੋਜਹਿਦ ਤੋਂ ਬਾਅਦ। ਉਸ ਐਕਟ ਇਸ ਤਰ੍ਹਾਂ ਜੂਨ 1926 'ਚ ਜਿਹੜਾ ਗੁਰਦੁਆਰਾ ਐਕਟ ਦੇ ਅੰਡਰ ਸੈਂਟਰਲ ਬੋਰਡ ਜਿਹੜਾ ਬਣਾਇਆ ਗਿਆ ਸੀਗਾ, ਇਹਦਾ ਨਾਂ ਪਹਿਲਾਂ ਸੈਂਟਰਲ ਬੋਰਡ ਸੀ ਦੇ ਚੋਣਾਂ ਹੋਈਆਂ ਅਤੇ ਉਹਦੇ 'ਚ ਇਹ ਲਿਖਿਆ ਗਿਆ ਸੀ ਵੀ ਜੇ ਕੋਈ ਚਾਹੁਣ ਤਾਂ ਸਿੱਖ ਆਪਣਾ ਨਾਂ ਇਸ ਕਮੇਟੀ ਦਾ ਬਦਲ ਸਕਦੇ ਨੇ। ਤੋ 2 ਅਕਤੂਬਰ ਜਿਹੜਾ 1926 ਦੇ ਦਿਨ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਂਟਰਲ ਬੋਰਡ ਦਾ ਨਾਂ ਰੱਖਿਆ ਸੀਗਾ, ਇਸ ਨੂੰ ਸਰਕਾਰ ਨੇ ਮਨਜ਼ੂਰ ਕਰ ਲਿਆ। ਤੋ ਇਸ ਤੋਂ ਬਾਅਦ ਜਿਹੜਾ ਸੈਂਟਰਲ ਬੋਰਡ ਦੀ ਥਾਂ 'ਤੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਜਾਣ ਲੱਗ ਪਿਆ, ਜਿਹੜਾ ਕਿ ਅੱਜ ਵੀ ਚੱਲਦਾ ਹੈ। ਤੋ ਇਹ ਸ਼੍ਰੋਮਣੀ ਕਮੇਟੀ ਦਾ ਅਸਲ ਜਿਹੜਾ ਕਾਨੂੰਨ ਹੇਠਾਂ ਨਾਂ ਜਿਹੜਾ ਉਹ 2 ਅਕਤੂਬਰ 1926 ਦੇ ਦਿਨ ਸ਼ੁਰੂ ਹੋਇਆ ਸੀ। 2 ਅਕਤੂਬਰ 1956 ਦੀ ਸਾਡੇ ਕੋਲ ਘਟਨਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਦਾ ਮਤਾ ਪਾਸ ਕੀਤਾ ਗਿਆ।
ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪੰਜਾਬੀ ਸੂਬੇ ਪਹਿਲਾ ਮੋਰਚਾ ਸੀ 1955 ਦਾ, ਜਿਹੜਾ ਉਹ 10 ਮਈ 1955 ਤੋਂ ਲੈ ਕੇ ਅਤੇ 7 ਜੁਲਾਈ ਤੱਕ ਚੜਿਆ ਸੀਗਾ, ਅਤੇ ਉਹ ਸਿਰਫ ਪੰਜਾਬੀ ਸੂਬਾ ਜ਼ਿੰਦਾਬਾਦ 'ਤੇ ਪਾਬੰਦੀ ਸੀ, ਅਤੇ ਇਸ ਤੋਂ ਬਾਅਦ ਜਿਹੜਾ ਕਾਂਗਰਸ ਨੇ ਅਕਾਲੀਆਂ ਨਾਲ ਰਲ ਕੇ ਅਤੇ ਰੀਜਨਲ ਫਾਰਮੂਲਾ ਬਣਾਉਣਾ ਮਾਣ ਸੀ ਤਾਂ ਜੋ ਪੰਜਾਬੀ ਸੂਬਾ ਨਾ, ਪਰ ਰੀਜਨਲ ਫਾਰਮੂਲਾ ਜਿਹੜਾ ਕਿ ਉਹ ਸਾਜਿਸ਼ ਸੀਗੀ, ਹਾਲਾਂਕਿ ਪਰ ਇਸ ਦੇ ਬਾਵਜੂਦ ਕਿ ਅਕਾਲੀਆਂ ਨੇ ਉਸਨੂੰ ਮੰਨ ਲਿਆ ਸੀਗਾ। ਸੋ ਇਹਦਾ ਇਨਾਮ ਸਭ ਤੋਂ ਪਹਿਲਾਂ ਹੁਕਮ ਸਿੰਘ ਨੂੰ ਮਿਲਿਆ, ਕਿਉਂਕਿ ਜਿਸ ਨੂੰ ਕਿਹਾ ਜਾਂਦਾ ਵੀ ਰੀਜਨਲ ਫਾਰਮੂਲੇ ਦੀ ਘਾਟ ਹੋਈ ਸੀ, ਤਾਂ ਹੁਕਮ ਸਿੰਘ ਨੂੰ ਜਿਹੜਾ ਡਿਪਟੀ ਸਪੀਕਰ ਬਣਾਤਾ ਜਵਾਹਰ ਲਾਲ ਨਹਿਰੂ ਨੇ, ਹਾਲਾਂਕਿ ਉਹ ਅਕਾਲੀਆਂ ਦਾ MP ਸੀਗਾ, ਤੋ ਹਿਸਟਰੀ 'ਚ ਪਹਿਲੀ ਵਾਰੀ ਅਤੇ ਸ਼ਾਇਦ ਆਖਰੀ ਵਾਰੀ ਜਿਹੜਾ ਇਹ ਅਹੁਦਾ ਜਿਹੜਾ ਗੈਰ ਕਾਂਗਰਸੀ ਨੂੰ ਦਿੱਤਾ ਗਿਆ, ਸਰਕਾਰ ਦੇ ਵਿਰੋਧੀ ਪਾਰਟੀ ਅਪੋਜੀਸ਼ਨ ਪਾਰਟੀ ਨੂੰ ਦਿੱਤਾ ਗਿਆ। ਹੁਣ ਰੀਜਨ ਫਾਰਮੂਲੇ ਤੋਂ ਬਾਅਦ ਬਹੁਤ ਸਾਰੇ ਅਕਾਲੀ ਆਗੂ ਤਾਕਤ, ਅਹੁਦੇ ਅਤੇ ਹੋਰ ਲਾਲਚਾਂ ਕਾਰਨ ਕਾਂਗਰਸ ਵਿੱਚ ਜਾਣ ਵਾਸਤੇ ਤਰਲੋ ਮੱਛੀ ਹੋ ਰਹੇ ਸਨ। ਇੱਕ ਧੜੇ ਨੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਏਕਤਾ ਦੀ ਗੱਲਬਾਤ ਵੀ ਸ਼ੁਰੂ ਕਰ ਦਿੱਤੀ, ਤੋ ਇਸੇ ਧੜੇ ਦੇ ਲੋਕ ਤੇ ਪਹਿਲਾਂ ਤਾਂ ਗਾਢੇ ਚੜੇ ਵੀ ਅਕਾਲੀ ਡੈਜੇਸ ਵਿੱਚ ਜਿਹੜੇ ਨੇ MLA ਅਤੇ MP ਜਿਹੜੇ ਨੇ ਉਹ ਕਾਂਗਰਸ ਦੇ ਨਾਲ ਜਿਹੜੇ ਕੋਪਰੇਟ ਕਰਕੇ ਉਹਦੇ ਸ਼ਾਮਿਲ ਹੋ ਜਾਣ, ਪਰ ਕਾਂਗਰਸ ਨੇ ਅਕਾਲੀ ਦਲ ਨੂੰ ਬਿਲਕੁਲ ਹੀ ਖਤਮ ਕਰਨ ਦੀ ਪਲਾਨ ਬਣਾ ਲਈ। ਇਹਨਾਂ ਦਿਨਾਂ ਵਿੱਚ ਹੁਕਮ ਸਿੰਘ, ਕਿਉਂਕਿ ਡਿਪਟੀ ਸਪੀਕਰ ਬਣ ਚੁੱਕਾ ਸੀ, ਉਹਦੇ ਕਾਂਗਰਸ ਨਾਲ ਬਹੁਤ ਜ਼ਿਆਦਾ ਸੰਬੰਧ ਬਣ ਚੁੱਕੇ ਸਨ, ਹੁਣ ਗਿਆਨੀ ਕਰਤਾਰ ਸਿੰਘ ਨੂੰ ਵੀ ਉਸਨੇ ਨਾਲ ਗੰਢ ਲਿਆ, ਅਤੇ ਉਸਨੂੰ ਵੀ ਵਜ਼ੀਰੀ ਦੇਣ ਦੇ ਲਾਲਚ ਦੇ ਕੇ ਅਤੇ ਉਹਦੇ ਤਿਆਰ ਕਰਕੇ ਨਹਿਰੂ ਦੇ ਨਾਲ ਜਿਹੜਾ ਉਹਦਾ ਰਾਬਤਾ ਬਣਵਾ ਦਿੱਤਾ। ਤੋ ਇਸ ਸੰਬੰਧ ਵਿੱਚ 28 ਅਗਸਤ 1956 ਦੇ ਦਿਨ ਨਹਿਰੂ ਅਤੇ ਮਾਸਟਰ ਤਾਰਾ ਸਿੰਘ ਦੇ ਵਿਚਕਾਰ ਵੀ ਮੁਲਾਕਾਤ ਕਰਵਾ ਦਿੱਤੀ ਗਈ ਵੀ ਜੇ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਤਾਂ ਅਸੀਂ ਅਕਾਲੀ ਦਲ ਨੂੰ ਕਾਂਗਰਸ ਸ਼ਾਮਿਲ ਕਰ ਲਵਾਂਗੇ। ਚੇਤੇ ਰਹੇ ਕਿ 30 ਜੂਨ 1956 ਤੱਕ ਅਕਾਲੀ ਦਲ ਦੀ ਭਰਤੀ 3,10,000 ਤੱਕ ਪਹੁੰਚ ਚੁੱਕੀ ਸੀ। ਤੋ ਅਕਾਲੀ ਕਾਂਗਰਸ ਸਮਝੌਤੇ ਵਾਸਤੇ ਉੱਧਰੋਂ ਬਲਦੇਵ ਸਿੰਘ ਜਿਹੜਾ ਸੈਂਟਰ 'ਚ ਡਿਫੈਂਸ ਮਿਨਿਸਟਰ ਸੀ ਉਹ ਵੀ ਵਿਚੋਲੇ ਦੇ ਤੌਰ 'ਤੇ ਰੋਲ ਅਦਾ ਕਰ ਰਿਹਾ ਸੀ। ਤੋ ਗਿਆਨੀ ਕਰਤਾਰ ਸਿੰਘ, ਹੁਕਮ ਸਿੰਘ ਅਤੇ ਬਲਦੇਵ ਸਿੰਘ ਦੀਆਂ ਜਿਹੀਆਂ ਕੋਸ਼ਿਸ਼ਾਂ ਐਸੀਆਂ ਸਨ ਕਿ ਇਹ ਵੀ ਸਿਆਸੀ ਪੱਖ ਤੋਂ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਜਾਵੇ। ਤੋ ਅਗਸਤ ਅਤੇ ਸਤੰਬਰ 1956 ਵਿੱਚ ਗਿਆਨੀ ਕਰਤਾਰ ਸਿੰਘ ਅਤੇ ਹੁਕਮ ਸਿੰਘ ਕਾਂਗਰਸ ਦੇ ਪ੍ਰਧਾਨ ਮੌਲਾਨਾ ਆਜ਼ਾਦ ਨੂੰ 20 ਵਾਰ ਮਿਲੇ ਸਨ। ਅਖੀਰ 2 ਅਕਤੂਬਰ 1956 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ 150 ਜਥੇਦਾਰ ਅਤੇ ਸਕੱਤਰ ਇਕੱਠੇ ਹੋਏ, 5 ਘੰਟੇ ਦੀ ਮੀਟਿੰਗ ਮਗਰੋਂ ਅਕਾਲੀ ਦਲ ਨੂੰ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ। ਤੋ ਇਸ ਸੰਬੰਧ ਵਿੱਚ ਅਜੀਤ ਸਿੰਘ ਸਰੱਦੀ ਐਡਵੋਕੇਟ ਨੇ ਮਤਾ ਪੇਸ਼ ਕੀਤਾ ਅਤੇ ਚਰਨ ਸਿੰਘ ਡਿਆਰਾ ਨੇ ਤਾਇਰ ਕੀਤੀ। ਵੈਸੇ ਅਜੀਤ ਸਿੰਘ ਸਰੱਦੀ ਮੁਤਾਬਕ ਇਹ ਰੈਜੋਲਿਊਸ਼ਨ ਵੀ ਜਿਹੜਾ ਹੁਕਮ ਸਿੰਘ ਦਾ ਤਿਆਰ ਕੀਤਾ ਹੋਇਆ ਸੀਗਾ। 2 ਅਕਤੂਬਰ 1962 ਦੀ ਘਟਨਾ ਕਿ ਚੰਨਣ ਸਿੰਘ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ 8 ਜੁਲਾਈ 1962 ਵਿੱਚ ਅਕਾਲੀ ਦਲ ਵਿੱਚ ਫੁੱਟ ਪੈ ਗਈ, ਫਤਿਹ ਸਿੰਘ ਅਤੇ ਅਕਾਲੀ ਦਲ ਦੇ ਵੱਖਰੇ ਵੱਖਰੇ ਅਕਾਲੀ ਕਾਇਮ ਹੋ ਗਏ ਸਨ। ਇਸ ਤਰ੍ਹਾਂ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੇ ਖਿਲਾਫ ਜਿਹੜਾ ਵਿਵਸਾਈ ਦਾ ਮਤਾ ਵੀ ਰੱਖ ਦਿੱਤਾ ਸ਼੍ਰੋਮਣੀ ਕਮੇਟੀ 'ਚ, ਕਿਉਂਕਿ ਕੈਰੋਂ ਅਤੇ ਹੋਰ ਨਹਿਰੂ ਅਤੇ ਸਾਰੇ ਦੇ ਸਾਰੇ ਜਿਹੜੇ ਫਤਿਹ ਸਿੰਘ ਦੇ ਨਾਲ ਰਲ ਗਏ ਸਨ। ਉਹਨਾਂ ਨੇ ਬੰਦਿਆਂ ਨੂੰ ਖਰੀਦ ਕੇ ਡਰਾ ਧਮਕਾ ਕੇ ਸ਼ੁਲਕੇ ਦੇ ਮੈਂਬਰਾਂ ਨੂੰ ਫਤਿਹ ਸਿੰਘ ਦੇ ਨਾਲ ਜੋੜਤਾ, ਹੋਰ ਤਾਂ ਊਧਮ ਸਿੰਘ ਨਾਗੋਕੇ ਵਰਗਾ ਬੰਦਾ ਵੀ ਜਿਹੜਾ ਉਹ ਫਤਿਹ ਸਿੰਘ ਦੇ ਨਾਲ ਰਲ ਗਿਆ। ਤੋ ਉਹਨਾਂ ਨੇ 2 ਅਕਤੂਬਰ 1962 ਦੇ ਦਿਨ ਇਹ ਬੇਵਸਾਈ ਦਾ ਮਤਾ ਪੇਸ਼ ਕੀਤਾ ਜਿਹੜਾ 72 ਦੇ ਮੁਕਾਬਲੇ 76 ਵੋਟਾਂ ਨਾਲ ਪਾਸ ਹੋ ਗਿਆ, ਅਤੇ ਹੁਣ ਚੰਨਣ ਸਿੰਘ ਜਿਹੜਾ ਗੰਗਾਨਗਰ ਵਾਲਾ ਫਤਿਹ ਸਿੰਘ ਦਾ ਖਾਸ ਬੰਦਾ ਸੀਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਗਿਆ। ਹੁਣ ਫਤਿਹ ਸਿੰਘ ਕੋਲ ਗੁਰਦੁਆਰਿਆਂ ਦੀ ਸਾਰੀ ਤਾਕਤ ਹਾਸਲ ਹੋ ਗਈ। ਅਸਲ ਤਾਕਤ ਅਕਾਲੀ ਦਲ ਦੀ ਹੁੰਦੀ ਹੈ ਵੀ ਜਿਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਦਾ ਇੰਤਜ਼ਾਮ ਹੈ ਉਹੀ ਜਿਹੜੇ ਆ ਤਾਕਤ 'ਚ ਰਹਿੰਦੇ ਆ, ਅਕਾਲੀ ਦਲ 'ਚ ਉਹੀ ਪਾਵਰ 'ਚ ਰਹਿੰਦੇ ਆ, ਪੰਜਾਬ 'ਚ ਉਹੀ ਅਸਲੀ ਪਾਰਟੀ ਗਿਣੀ ਜਾਂਦੀ ਹੈ। ਇਸ ਸਾਰ ਨਾਲ ਮਾਸਟਰ ਤਾਰਾ ਸਿੰਘ ਦਾ ਜਵਾਲ ਸ਼ੁਰੂ ਹੋ ਗਿਆ। ਸੜਕ 2 ਅਕਤੂਬਰ 1986 ਦੀ ਘਟਨਾ ਹੈ ਜਿਸ ਦਿਨ ਰਾਜੀਵ ਗਾਂਧੀ ਜਿਹੜਾ ਉਹ ਮੋਹਨਦਾਸ ਕਰਮਚੰਦ, ਜਿਹਨੂੰ ਕੁਝ ਲੋਕ ਮਹਾਤਮਾ ਵੀ ਕਹਿੰਦੇ ਹਨ, ਮਹਾਤਮਾ ਗਾਂਧੀ ਦੀ ਸਮਾਧ ਉੱਤੇ ਮੱਥਾ ਟੇਕਣ ਗਿਆ ਸੀਗਾ, ਤਾਂ ਉਸ ਨੂੰ ਇੱਕ ਸਿੱਖ ਨੇ ਗੋਲੀ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਰਾਜੀਵ ਗਾਂਧੀ ਤਾਂ ਮਸਾਂ ਬਚਿਆ, ਪਰ ਉਸਦੇ ਕਈ ਸਾਥੀਆਂ ਨੂੰ ਗੋਲੀਆਂ ਦੇ ਛਰੇ ਵੱਜੇ। ਇਹ ਹਮਲਾ ਕਰਨ ਵਾਲਾ 25 ਸਾਲ ਦੀ ਉਮਰ ਦਾ ਕਰਮਜੀਤ ਸਿੰਘ ਸੀ, ਜਿਸ ਦਾ ਹਥਿਆਰ ਬਹੁਤ ਮਾੜਾ ਸੀ ਜੋ ਉਸਨੇ 300 ਰੁਪਈਏ 'ਚ ਖਰੀਦਿਆ ਸੀ ਉਦੋਂ, ਅਤੇ ਜੇ ਕਿਤੇ ਉਹਦੇ ਕੋਲ ਚੰਗਾ ਹਥਿਆਰ ਹੁੰਦਾ ਤਾਂ ਰਾਜੀਵ ਗਾਂਧੀ ਨੇ ਯਕੀਨਨ ਮਾਰਿਆ ਜਾਣਾ ਸੀ। ਇਹ ਕਰਮਜੀਤ ਸਿੰਘ ਪੁੱਤਰ ਅਮਰ ਸਿੰਘ ਜਿਹੜਾ ਸ਼ਹੀਦ ਊਧਮ ਸਿੰਘ ਰੋਡ ਸੰਗਰੂਰ ਵਾਲਾ ਸੀਗਾ, ਅਤੇ ਇਸਦਾ ਕਿਸੇ ਜਥੇਬੰਦੀ ਨਾਲ ਸੰਬੰਧ ਨਹੀਂ ਸੀ, ਉਹ ਇਕੱਲਾ ਹੀ ਜਜ਼ਬਾਤ ਨਾਲ ਭਰਿਆ ਇਸ ਸੈਕਸ਼ਨ ਵਾਸਤੇ ਆਇਆ ਸੀ। ਉਹ 3-4 ਦਿਨ ਇਸੇ ਜਗ੍ਹਾ 'ਤੇ ਲੁਕਿਆ ਰਿਹਾ ਸੀ, ਅਤੇ ਸਾਰਾ ਸਮਾਂ ਉਸਨੇ ਛੋਲਿਆਂ ਦੀਆਂ 3-4 ਮੁੱਠਾਂ ਜਿਹੜੀਆਂ ਜਿਹੇ 'ਚ ਪਾ ਕੇ ਰੱਖੀਆਂ ਸਨ ਉਹ ਖਾ ਕੇ ਗੁਜ਼ਾਰਿਆ ਸੀ, ਤਾਂ ਜੋ ਉਸਨੂੰ ਕੋਈ ਹੋਰ ਮੁਸ਼ਕਿਲ ਨਾ ਆਵੇ। ਤੋ 5 ਅਕਤੂਬਰ ਵਾਲੇ ਦਿਨ 2 ਅਕਤੂਬਰ ਨੂੰ ਹਮਲਾ ਕੀਤਾ। 5 ਅਕਤੂਬਰ ਨੂੰ ਕਰਮਜੀਤ ਸਿੰਘ ਦਾ ਪਿਤਾ ਅਮਰ ਸਿੰਘ ਭਰਾ ਜਸਵਿੰਦਰ ਸਿੰਘ, ਉਸਦਾ ਦੋਸਤ ਬਲਦੇਵ ਸਿੰਘ ਮਸਤਾਨਾ ਗਲਵੱਟੀ ਵਾਲਾ, ਗੁਰਦੁਆਰੇ ਦਾ ਗ੍ਰੰਥੀ ਅਮਰਜੀਤ ਸਿੰਘ ਇੰਦਰਾਵਤੀ ਸੁਣਾਉਣ ਵਾਲਾ,
ਤੇ ਬਚਨ ਸਿੰਘ, ਪ੍ਰੇਮ ਸਿੰਘ, ਕੋਲੀਆ ਮੱਲਾ ਤੇ ਅਮਰਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ 'ਚੋਂ ਬਲਦੇਵ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ ਅਤੇ ਦੋ ਹੋਰਾਂ ਬਿਕਰਮ ਸਿੰਘ ਅਤੇ ਸ਼ੇਰ ਸਿੰਘ ਉਰਫ ਕਾਲਾ ਅੰਮ੍ਰਿਤਸਰ ਨੂੰ 8 ਅਕਤੂਬਰ ਨੂੰ ਬਕਾਇਦਾ ਚਾਰਜ ਕੀਤਾ ਅਤੇ ਇਸ ਕੇਸ 'ਚ 7 ਨਵੰਬਰ ਨੂੰ ਪਰਮਜੀਤ ਸਿੰਘ ਵੀਡੀਓ ਦੀ ਪਤਨੀ ਵੀ ਗ੍ਰਿਫਤਾਰ ਕਰ ਲਈ ਗਈ। ਕਰਮਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 13 ਸਾਲ ਤੋਂ ਵੱਧ ਕੈਦ ਕੱਟਣ ਮਗਰੋਂ ਉਹ ਸੁਪਰੀਮ ਕੋਰਟ ਦੇ ਆਰਡਰ ਹੇਠ ਮਈ 2000 ਵਿੱਚ ਰਿਹਾਅ ਹੋਇਆ। ਜੇਲ੍ਹ ਵਿੱਚ ਉਸਨੇ ਹਿਸਟਰੀ ਦੀ ਐੱਮਏ ਵੀ ਕੀਤੀ, ਮਗਰੋਂ ਬਾਹਰ ਆ ਕੇ LLB ਪਾਸ ਕਰਕੇ ਵਕਾਲਤ ਵੀ ਕਰਨਾ ਪਿਆ। ਇਸ ਤੋਂ ਬਾਅਦ ਸਾਡੇ ਕੋਲ ਜਿਹੜੀਆਂ ਘਟਨਾਵਾਂ ਹਨ, ਨਕਲੀ ਮੁਕਾਬਲਿਆਂ ਦਿਨ 2 ਅਕਤੂਬਰ 1999 ਦੇ ਦਿਨ ਪੁਲਿਸ ਨੇ ਅਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਾਨੀ ਵਾਸੀ ਮਾਡਲ ਗ੍ਰਾਮ ਗੁਰਦੇਵ ਸਿੰਘ ਸਾਨੀ ਵਾਸੀ ਮਾਡਲ ਗ੍ਰਾਮ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। ਗੁਰਦੇਵ ਸਿੰਘ ਸਾਨੀ ਦੀ ਅਜੀਤ ਸਿੰਘ ਸਾਨੀ ਦੀ ਜਿਹੜੀ ਸ਼ਹੀਦੀ ਹੈ 2 ਅਕਤੂਬਰ 1999 ਦੀ ਹੈ। 1991 ਵਿੱਚ 2 ਅਕਤੂਬਰ 1991 ਦੇ ਦਿਨ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਛੰਦੜਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। ਫਿਰ ਸਾਡੇ ਕੋਲ 1992 ਦੀ ਘਟਨਾ ਹੈ। 2 ਅਕਤੂਬਰ 1992 ਦੇ ਦਿਨ ਪੁਲਿਸ ਨੇ ਗੁਰਮੁਖ ਸਿੰਘ ਨਾਗੋਕੇ ਅਤੇ ਉਸਦੀ ਪਤਨੀ ਤਜਿੰਦਰ ਕੌਰ ਉਰਫ ਰਾਜਵੀਰ ਕੌਰ, ਭੁਪਿੰਦਰ ਸਿੰਘ ਪੁੰਦਾ ਪਿੰਦਾ, ਪੁੱਤਰ ਬੀਰਾ ਸਿੰਘ ਵਾਸੀ ਖਾਂਡੇ, ਉਹਨੂੰ 200 ਕਤਲਾਂ ਦਾ ਜ਼ਿੰਮੇਦਾਰ ਰੱਖ ਕੇ ਅਤੇ ਅਮੀਰ ਸਿੰਘ ਪਟਿਆਲਾ ਅਤੇ ਕਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ। ਇਹ ਘਟਨਾਵਾਂ ਸਨ 2 ਅਕਤੂਬਰ ਦੀਆਂ ਜਿਨ੍ਹਾਂ ਨੂੰ ਤਾਰੀਖ ਨੇ ਰਿਕਾਰਡ ਕੀਤਾ ਹੈ ਅਤੇ ਮੈਂ ਤੁਹਾਡੇ ਨਾਲ ਚਰਚਾ ਕੀਤਾ। ਸ਼ੁਕਰੀਆ।